की गल हुई है मित्रिया? अजी मैं ना मोड़ तो गड्डी दबा के आंदे हां डग तो ਤੇ ਨਹਿਰ ਲੱਗ ਗਿਆ ਮੈਂ ਤੇ ਇਹਨਾਂ ਆਉਂਦਾ ਆ ਤਿੰਨ ਜੇ ਹੈਗੇ ਸਨ ਮੋਟਰਸਾਈਕਲ ਦੋ ਸਕੂਟਰੀਆਂ ਇੱਕ ਮੋਟਰਸਾਈਕਲ ਅਤੇ ਨੌ ਜਣੇ ਭਾਅ ਜੀ ਅਤੇ ਮੈਂ ਇਹਨਾਂ ਨੂੰ ਕਿਹਾ ਕਦੀ ਆਉਣ ਕਦੀ ਪੁੱਛਣ ਕੇ ਵਿਚਾਰ ਕਦੇ ਉਹਨੂੰ ਕਰਨਾ ਮੈਂ ਇਹਨਾਂ ਕਿਹਾ ਭਾਅ ਜੀ ਮਾੜਾ ਕਿ ਵੇਚਣਾ ਮਾਰ ਦਿਓ ਇਸੇ ਗੱਲੋਂ ਭਾਅ ਜੀ ਉੱਤਰ ਕੇ ਤਾਂ ਮੇਰੇ ਗਲ ਪੈ ਗਏ ਆ ਗਏ ਅਤੇ ਕੀ ਗੋਲੀ ਗਾਲੀ ਮਾਰੀ ਤੁਹਾਡੀ? ਭਾਅ ਜੀ ਗੋਲੀ ਮਾਰੀ ਭਾਅ ਜੀ ਦੋ ਪਿਸਤੌਲ ਹੀ ਇਹਨਾਂ ਕੋਲ ਦਾਤਰ ਦੂਤਰ ਭਾਅ ਜੀ ਸਿਰ 'ਚ ਮਾਰੇ ਕੋਈ ਦਰਖਾਸਤ ਦਿੱਤੀ ਪੁਲਿਸ ਨੂੰ? ਹਾਂਜੀ ਭਾਅ ਜੀ ਕਾਰਵਾਈ ਕੀਤੀ ਹੈ ਲੱਗਦਾ ਭਾਅ ਜੀ ਬਾਪੂ ਜੀ ਆਪਣਾ ਜੀ ਅਰਜਨ ਰਸ਼ਨ ਭਾਅ ਜੀ ਆ ਕੀ ਗੱਲ ਹੋਈ ਜਿਹੜੇ ਮੁੰਡੇ 'ਤੇ ਗੋਲੀ ਵੱਜੀ ਹੈ ਜੀ? ਗੋਲੀ ਵੱਜੀ ਹੈ ਜੇ ਕਿਤੇ ਗੱਡੀ 'ਤੇ ਹੋਣ ਗਿਆ ਵਾਂਢੇ ਜਾਣਾ ਜਦੋਂ ਗੱਡੀ 'ਤੇ ਆ ਗਏ ਮੈਂ ਦੋ ਕਿੱਲੇ ਵਾਪਸ ਆਇਆ ਪਿੰਡ ਵਾਲੇ ਵਾਲੇ ਨੂੰ ਗਾੜੀ ਕੋਈ ਮੋਟਰਸਾਈਕਲ ਵਾਲੇ ਇਹ ਵੀ ਸੜਕ ਇਹੀ ਆਪਾਂ ਤਾਂ ਜਾਣਦੇ ਨਹੀਂ ਨਾ ਇਹ ਜਾਣਦਾ ਉਹਨਾਂ ਇਹਨਾਂ ਨੂੰ ਆਖਿਆ ਤੁਸੀਂ ਸੜਕ ਜਾਣਦੇ ਰਾਹ ਪਾਠੀ ਕਰੋ ਇਹ ਗੱਲ ਤੋਂ ਮੂਲੀ ਅਟਕਦਾਰ ਹੋਇਆ ਅਤੇ ਉਹਨਾਂ ਨੇ ਡਾ ਕੇ ਇਹਨੂੰ ਪਤਾ ਨਹੀਂ ਵੀ ਇੱਥੇ ਇੱਕ ਨੂੰ ਆਖਿਆ ਉਹ ਤਿੰਨਾਂ ਮੋਟਰਸਾਈਕਲਾਂ ਦੇ ਅਤੇ ਉਹਨਾਂ ਨੇ ਡਾ ਕੇ ਮੋਟਰਸਾਈਕਲ 'ਤੇ ਉਹ ਅੱਠ ਨੌ ਜਣੇ ਇਹ ਗੱਲ ਕਰੀ। ਕਿੰਨੀਆਂ ਗੋਲੀਆਂ ਵੱਜੀਆਂ ਵੀਰ ਦੇ? ਗੋਲੀ ਪੱਟ 'ਚ ਆ ਕਿਤੇ ਇੱਕ ਸਿਰ 'ਚ ਪਤਾ ਨਹੀਂ ਪੈਸੇ ਵਾਲੇ ਨੇ ਬੜੀ ਗੋਲੀ ਉਹਦਾ ਸਿਰ ਉੱਪਰ ਆ। ਕੀ ਕੋਈ ਦਰਖਾਸਤ ਦਿੱਤੀ ਇਸ ਸੰਬੰਧੀ ਕੋਈ? ਟਿੱਕੀ ਥਾਣੇ ਕੋਲ ਕੀ ਕਾਰਵਾਈ ਕੀ ਕੀਤੀ ਗਈ ਹੈ? ਅਜੇ ਕੋਈ ਪਤਾ ਨਹੀਂ ਕਾਰਵਾਈ ਤਾਂ ਅਸੀਂ ਲਿਖਾ ਲਿਆ ਉੱਥੇ ਲਿਖਾ ਲਈ ਅਤੇ ਆਇਆ ਸ਼ਾਇਦ ਜਾਣ ਲੈ ਗਿਆ। ਕੀ ਮੰਗ ਕੀ ਕਰਦੇ ਹੋ ਪੰਜਾਬ ਸਰਕਾਰ? ਕਰਦੇ ਹਾਂ ਵੀ ਸਾਨੂੰ ਪਤਾ ਨਹੀਂ ਕਿਹੜੇ ਬੰਦੇ ਕੋਈ ਇਨਸਾਫ ਹੋਵੇ ਕੋਈ ਇੱਥੇ ਥੋੜ੍ਹਾ ਸੜਕ 'ਤੇ ਜਿਹੜਾ ਕੁੱਤਾ ਇਹਨਾਂ ਨੂੰ ਗੋਲੀ ਮਾਰ ਦਿਓ ਕੋਈ ਇਨਸਾਫ ਗੱਲ ਤਾਂ ਨਹੀਂ ਚੰਗੀ ਜੇ ਕੋਈ ਗੱਲ ਹੈ ਤਾਂ ਜੇ ਕੋਈ ਉਹਦੀ ਗਲਤੀ ਹੈ ਤਾਂ ਆਪਾਂ ਗੱਲ ਨਹੀਂ ਇਹ ਥੋੜ੍ਹਾ ਕੋਈ ਸੜਕ 'ਤੇ ਗੋਲੀਆਂ ਮਾਰ ਜੀ ਕੀ ਗੱਲ ਹੋਈ ਜਿਹੜੀ ਨੌਜਵਾਨ ਦੇ ਗੋਲੀ ਵੱਜੀ ਹੈ ਜੀ? ਪਤਾ ਨਹੀਂ ਕੋਈ ਵਕਤ ਕੋਈ ਸਵਾ ਇੱਕ ਡੇਢ ਵਜੇ ਦਾ ਟਾਈਮ ਸੀ ਮੈਂ ਤਾਂ ਆਪਣਾ ਥੋੜ੍ਹਾ ਆਫਿਸ ਸੀ ਮੈਨੂੰ ਉੱਥੇ ਹੀ ਕਾਲ ਗਈ ਹੈ ਵੀ ਇਹ ਗੱਡੀ ਧੋਣ ਗਿਆ ਸੀ ਕਰੇਟਾ ਗੱਡੀ ਸੀ ਉਹ ਕਾਲੀ ਗੱਡੀ ਧੋਆ ਕੇ ਪਿੰਡ ਨੂੰ ਵਾਪਸ ਆ ਰਿਹਾ ਸੀ ਅਤੇ ਉਹਦੇ ਦੱਸਣ ਮੁਤਾਬਕ ਉਹ ਕਹਿੰਦਾ ਵੀ ਕੋਈ ਦੋ ਐਕਟਿਵਾ ਅਤੇ ਇੱਕ ਮੋਟਰਸਾਈਕਲ 'ਤੇ ਕੋਈ ਸੱਤ ਅੱਠ ਬੰਦੇ ਸੀ ਨੌ ਵੀ ਕਹਿ ਸਕਦੇ ਹਾਂ ਜੀ ਉਹ ਕਹਿੰਦਾ ਉਹ ਰਸਤੇ 'ਚ ਇੱਧਰ ਉੱਧਰ ਕਰਦੇ ਆਉਂਦੇ ਸੀ ਮੈਂ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਪਿੱਛੇ ਵੀ ਦੇਖ ਲਓ ਪਿੱਛੇ ਰੋਡ ਲੱਗਦਾ ਇੰਨੀ ਗੱਲ ਗਈ ਹੈ ਇਸੇ ਗੱਲੋਂ ਤੂੰ ਮੈਂ ਹੋ ਗਈ ਹੈ ਜੀ ਉਹਨਾਂ ਗਾੜੀ ਐਕਟਿਵਾ ਡਾਕੀ ਜੇ ਕਰਾਂ ਗੱਡੀ ਰੋਕ ਕੇ ਇਹ ਥੱਲੇ ਹੋਇਆ ਜੀ ਇਹਨਾਂ ਅੱਛਾ ਬਾਈ ਹੋ ਗਿਆ ਜੀ ਉਹਨਾਂ ਮੁੜ ਕੇ ਗੋਲੀ ਚਲਾਤੀ ਹੈ ਅਤੇ ਗੱਡੀ ਦੇ ਸ਼ੀਸ਼ੇ 'ਚ ਸਾਰੇ ਭੰਨਦੇ ਆ ਕਿੰਨੀਆਂ ਗੋਲੀਆਂ ਕਿੰਨੀਆਂ ਲੱਗੀਆਂ ਵੀਰ ਦੇ? ਇੱਕ ਪੱਟ 'ਚ ਆ ਸਿਰ 'ਚ ਸੱਟ ਆ ਉਹ ਪਤਾ ਨਹੀਂ ਜੀ ਹੁਣ ਕੀ ਉਹ ਤਾਂ ਡਾਕਟਰ ਨੂੰ ਵੈਰੀਫਾਈ ਕਰ ਸਕਦੇ ਕੋਈ ਦਰਖਾਸਤ ਦਿੱਤੀ ਪੁਲਿਸ ਨੂੰ? ਹਾਂ ਪੁਲਿਸ ਸੱਚੂ ਸਾਹਿਬ ਆਏ ਸੀ ਉਹ ਆਪਣੀ ਤਹਿਕੀਕਾਤ ਕਰ ਰਹੇ ਇੱਕ ਡੇਢ ਵਜੇ ਕਰੀਬ ਦੀ ਇਹ ਘਟਨਾ ਵਾ ਕੋਈ ਕਾਰਵਾਈ ਕੀਤੀ ਗਈ ਹੁਣ ਤੱਕ ਪੁਲਿਸ ਵੱਲੋਂ? ਪੁਲਿਸ ਆਈ ਜੀ ਇੱਥੇ ਦੇਖ ਕੇ ਗਈ ਮੌਕਾ ਪੁਲਿਸ ਨੇ ਉੱਥੇ ਮੌਕਾ ਦੇਖਿਆ ਜੀ ਕਰ ਰਹੇ ਆ ਸੱਚੂ ਸਾਹਿਬ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ? ਮੰਗ ਇਹੀ ਆ ਜੀ ਮਤਲਬ ਮਾਹੌਲ ਬਹੁਤ ਮਾੜਾ ਆ ਗਿਆ ਜੀ ਅੱਜ ਕੱਲ੍ਹ ਤਾਂ ਕਿਸੇ ਨੂੰ ਕੀ ਕਹਿੰਦੇ ਹੁੰਦੇ ਕੋਈ ਸਲਾਹ ਦੇਣੀ ਵੀ ਮਾੜੀ ਆ ਜਿਹਨੇ ਜੇ ਦੇਖਿਆ ਜਾਵੇ ਤਾਂ ਸਲਾਹ ਹੀ ਦਿੱਤੀ ਹੈ ਜੀ ਅਤੇ ਸਲਾਹ ਦਾ ਵਿਆਹ ਖਮਿਆਜਾ ਵਾ ਛੋਟੀ ਜੀ ਉਹਦੀ ਬੇਟੀ ਆ ਮੰਨ ਲਓ ਜੇ ਹੁਣ ਤਾਂ ਪੱਟ 'ਚ ਵੱਜੀ ਹੈ ਜੇ ਉੱਪਰ ਵੱਜ ਜਾਂਦੀ ਤਾਂ ਨੁਕਸਾਨ ਹੁੰਦਾ ਕਿ ਕੀ ਕਹਿ ਕੀ ਕਰ ਸਕਦੇ ਹਾਂ ਫਿਰ ਉਹੀ ਇੱਕ ਦੋ ਜਣ ਦਾ ਰੌਲਾ ਰੱਪਾ ਹੀ ਸੀ ਇਹੀ ਮੰਗ ਕਰਦੇ ਹਾਂ ਵੀ ਜਿਹੜੇ ਦੋਸ਼ੀ ਉਹਨਾਂ ਨੂੰ ਫੜ ਕੇ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਸਰ ਇੱਕ ਪੱਟੀ ਮੋੜ ਨਜ਼ਦੀਕ ਇੱਕ ਵਾਰਦਾਤ ਵਾਪਰਦੀ ਆ ਗੋਲੀਆਂ ਚਲਾਈਆਂ ਜਾਂਦੀਆਂ ਨੌਜਵਾਨ ਦੇ ਪੱਟ 'ਚ ਗੋਲੀ ਵੱਜਦੀ ਆ ਕੀ ਮਾਮਲਾ ਸਰ ਸਰ ਇਹ ਮਲਕੀਤ ਸਿੰਘ ਹੈ ਜੂਸਰੇਵੜ ਦਾ ਇਹ ਗੱਡੀ ਤੋਂ ਆ ਗਿਆ ਜੀ ਅਤੇ ਰੁਕ ਕੇ ਆਪਣੇ ਕਿਸੇ ਵਾਕਫ ਕਾਰ ਨਾਲ ਗੱਲਾਂ ਕਰ ਰਿਹਾ ਸੀ ਉਦੋਂ ਇੱਕ ਮੁੰਡਾ ਸਕੂਟਰ 'ਤੇ ਆਇਆ ਉਹਦਾ ਸਕੂਟਰ ਜਿਹੜਾ ਉਹਦੀ ਕਾਰ ਨਾਲ ਘਸਰਾ ਗਿਆ ਉਹਨੇ ਉਹਨੂੰ ਗਾਲ ਕੱਢ ਦਿੱਤੀ ਉਹ ਮੁੜ ਕੇ ਨੀਚੇ ਉੱਤਰ ਕੇ ਉਹਨਾਂ ਦਾ ਆਸ ਵਿੱਚ ਝਗੜਾ ਹੋ ਗਿਆ ਉਹਦੇ ਦੋ ਸਾਥੀ ਪਿੱਛੋਂ ਹੋਰ ਆ ਗਏ ਝਗੜੇ ਦੇ ਦੌਰਾਨ ਫਿਰ ਉਹਨਾਂ ਨੇ ਉਹਦਾ ਉਹਦੇ ਮਤਲਬ ਉਹਨਾਂ ਨੇ ਫਾਇਰ ਕੀਤਾ ਸੀ ਉਹਦੇ ਪੈਰਾਂ 'ਚ ਉਹ ਸੜਕ 'ਚ ਲੱਗ ਕੇ ਫਿਰ ਉਹਦੇ ਪੱਟ ਚੁੱਕੇ ਕੋਈ ਸਰ ਪਤਾ ਲੱਗਾ ਵੀ ਜਿਹੜੇ ਜਿਨ੍ਹਾਂ ਨੇ ਫਾਇਰ ਕੀਤਾ ਸੀਗਾ ਉਹ ਕੌਣ ਆ ਸਾਡੀਆਂ ਟੀਮਾਂ ਭੇਜੀਆਂ ਹੋਈਆਂ ਜਲਦੀ ਪਤਾ ਲੱਗ